ਪੰਜਾਬ ਸਰਕਾਰ ਹਾਏ ਹਾਏ ਮਾਂ ਬੱਤੇ ਵਿੱਚ ਵਾਦਾ ਨਾ ਕਰਵਾਈ ਸਰਕਾਰ ਮਰਦਾਬਾਦ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਅਜੀਤ ਵੈਬ ਟੀਵੀ ਤੇ ਮੈਂ ਹਰਜਾਤ ਸਿੰਘ। ਅੱਜ ਅਸੀਂ ਖੜੇ ਮਿੰਨੀ ਸੈਕਟਰੀ ਦੇ ਬਾਅਦ ਜਿੱਥੇ ਮਿਡ ਡੇ ਮੀਲ ਵਰਕਰਾਂ ਨੂੰ ਧਰਨਾ ਲਾਇਆ ਗਿਆ, ਗੱਲ ਕਰਾਂਗੇ ਜਿਹੜਾ ਅੱਜ ਧਰਨਾ ਹੈ ਕਿਸ ਕਿਸ ਕਰਕੇ। ਭਾਈ ਧਰਨਾ ਜਿਹੜਾ ਲਾਇਆ ਕਿਸ ਕਰਕੇ ਲਾਇਆ ਗਿਆ? ਆਪਣੇ ਅਸੀਂ ਹੱਕਾਂ ਲਈ ਲਾਇਆ ਗਿਆ ਜੀ। ਸਾਡੀਆਂ ਤਨਖਾਹਾਂ ਬਹੁਤ ਘੱਟ ਆ ਜੀ, 1700 ਰੁਪਏ ਸਾਡੀ ਤਨਖਾਹ ਮਿਲਦੀ ਆ, ਉਹਦੇ ਵਿੱਚ ਸਾਡਾ ਗੁਜ਼ਾਰਾ ਨਹੀਂ ਹੋ ਸਕਿਆ। ਸਾਨੂੰ ਕੰਮ ਇੰਨੇ, ਛੁੱਟੀਆਂ ਦੇ ਵਿੱਚ ਵੀ ਸਾਨੂੰ ਸਕੂਲਾਂ ਦੇ ਵਿੱਚ ਬੁਲਾਇਆ ਜਾਂਦਾ ਆ, ਸਾਡੇ ਕੋਲ ਕੰਮ ਲਿਆ ਜਾਂਦਾ ਆ, ਪਰ ਜਿਹੜਾ 500 ਰੁਪਏ ਵੀ ਵਧਾਇਆ ਉਹ ਸਾਨੂੰ ਬਿਲਕੁਲ ਹਜੇ ਤੱਕ ਨਹੀਂ ਲਾਗੂ ਹੋਇਆ ਹੈਗਾ। 3000 ਕਹਿ ਕੇ ਸਾਨੂੰ 2200 ਦਾ ਮਾਣ ਭੱਤਾ ਉਹਨਾਂ ਨੇ ਦੁਆ ਕੀਤਾ ਹੈਗਾ, ਉਹ ਹਜੇ ਤਾਈਂ ਸਾਨੂੰ ਲਾਗੂ ਨਹੀਂ ਹੋਇਆ। ਜੇ ਸਾਡਾ ਲਾਗੂ ਨਾ ਹੋਇਆ ਤਾਂ ਅਸੀਂ ਲੁਧਿਆਣੇ ਸੰਗਰੂਰ ਦੇ ਵਿੱਚ 22 ਤਰੀਕ ਨੂੰ ਉੱਥੇ ਰੈਲੀ ਕਰਾਂਗੇ। ਬੀਬੀਆਂ ਅਸੀਂ ਵੱਧ ਤੋਂ ਵੱਧ ਜਿੰਨੀਆਂ ਵੀ ਸਾਡੇ ਕੋਲ ਬੀਬੀਆਂ ਹੋ ਸਕੀਆਂ ਅਸੀਂ ਲੈ ਕੇ ਉੱਥੇ ਜਾਵਾਂਗੇ। ਲੱਗਦਾ ਨਹੀਂ ਸਤੀਸ਼ ਜੀ, ਲਗਾਤਾਰ ਸਰਕਾਰ ਸ਼ੋਸ਼ਣ ਕਰ ਰਹੀ। 1700 ਰੁਪਏ ਦੇ ਕੇ ਅਤੇ ਕੰਮ ਇਹਨਾਂ ਤੋਂ 10-10-20 ਹਜ਼ਾਰ ਦਾ ਲਿਆ ਜਾਂਦਾ ਹੈ, ਪੂਰਾ ਮਹੀਨਾ ਕੰਮ ਕੀਤਾ ਜਾਂਦਾ, ਬੱਚਿਆਂ ਦੇ ਖਾਣੇ ਤੋਂ ਲੈ ਕੇ ਹਰ ਚੀਜ਼ ਦਾ। ਤੁਸੀਂ ਹਰਜਾਤ ਜੀ ਹੈਰਾਨ ਹੋਵੋਗੇ, ਇਹ ਉਹ ਬੀਬੀਆਂ ਜਿਹੜੀਆਂ ਪਿਛਲੇ 20 ਸਾਲ ਤੋਂ ਸਕੂਲਾਂ ਦੇ ਅੰਦਰ ਕੰਮ ਕਰ ਰਹੀਆਂ। ਸਵਾਲ ਇਕੱਲੇ ਮਾਣ ਭੱਤੇ ਦਾ ਨਹੀਂ, ਮਾਣ ਭੱਤਾ ਵੀ ਜਿਹੜਾ ਇਹਨਾਂ ਨੂੰ ਦਿੱਤਾ ਜਾਂਦਾ ਹੈ, 500 ਦਾ ਵਾਧਾ ਲਾਗੂ ਨਹੀਂ ਹੋਇਆ, 1700 ਰੁਪਈਆ ਵੀ ਸਿਰਫ 10 ਮਹੀਨੇ ਮਿਲਦਾ ਹੈ। ਇਹ ਤੋਂ ਇਲਾਵਾ ਇਹਨਾਂ ਨੂੰ ਕੋਈ ਵਰਦੀ ਨਹੀਂ ਮਿਲਦੀ, ਇਹਨਾਂ ਦੇ ਕੱਪੜੇ ਆਪਣੇ ਜਲ ਜਾਣ, ਖਰਾਬ ਹੋ ਜਾਣ, ਉਹ ਇਹਨਾਂ ਦੇ ਹੋਣਗੇ। ਇਹਨਾਂ ਦੀ ਕੋਈ ਘਟਨਾ ਵਾਪਰ ਜਾਵੇ, ਇਹਨਾਂ ਦਾ ਕੋਈ ਬੀਮਾ ਤੱਕ ਨਹੀਂ। ਇਹਨਾਂ ਦਾ ਝਾੜੂ ਸਕੂਲਾਂ 'ਚ ਇਹਨਾਂ ਤੋਂ ਬੁਝਾਇਆ ਜਾਂਦਾ, ਆਟਾ ਚੱਕੀਆਂ ਤੋਂ ਇਹ ਲੈ ਕੇ ਆਉਂਦੀਆਂ, ਗੈਸ ਸਿਲੰਡਰ ਇਹ ਢੋਂਦੀਆਂ ਹੈ, ਸਬਜ਼ੀਆਂ ਇਹ ਲੈ ਕੇ ਆਉਂਦੀਆਂ। ਮੇਰੇ ਕਹਿਣ ਤੋਂ ਭਾਵ ਸਵੇਰੇ ਸਕੂਲ ਲੱਗਣ ਤੋਂ ਲੈ ਕੇ ਸਕੂਲ ਬੰਦ ਹੋਣ ਤੱਕ ਸਾਰੀ ਜ਼ਿੰਮੇਵਾਰੀ ਇਹਨਾਂ 'ਤੇ ਸੁੱਟੀ ਹੈ, ਇਹਨਾਂ ਤੋਂ ਕੰਮ ਲਿਆ ਜਾ ਰਿਹਾ। ਅਸੀਂ ਸਮਝਦੇ ਹਾਂ ਵੀ ਸਰਕਾਰ ਅੱਜ ਘੱਟੋ ਘੱਟ ਉਜਰ ਦੀਆਂ ਧੱਜੀਆਂ ਉਡਾ ਰਹੀ ਹੈ, ਜਿਹੜੀ ਸਰਕਾਰ ਕਹਿੰਦੀ ਹੈ ਘੱਟੋ ਘੱਟ ਉਜਰ 18 ਹਜ਼ਾਰ ਦੇਵਾਂਗੇ, ਉਹ ਇਹਨਾਂ 'ਤੇ ਲਾਗੂ ਨਹੀਂ ਕੀਤੀ ਜਾ ਰਹੀ। ਇਹ ਦੂਜੇ ਪਾਸੇ ਅਸੀਂ ਇਹ ਕਹਿ ਰਹੇ ਹਾਂ ਵੀ ਜੇ ਪੰਜਾਬ ਦੀ ਸਰਕਾਰ ਜੇ ਕਹਿ ਰਹੀ ਹੈ 18 ਮਾਰ ਰਹੀ, ਅਸੀਂ ਪੰਜਾਬ ਦੇ ਲੋਕਾਂ ਨੂੰ ਵੱਧ ਸਹੂਲਤਾਂ ਦੇ ਰਹੇ ਹਾਂ, ਅਸੀਂ ਕਹਿੰਦੇ ਹਰਿਆਣਾ ਪੈਟਰਨ, ਹਰਿਆਣਾ ਜਿਹੜਾ ਗੁਆਂਢੀ ਸਾਡਾ ਸੂਬਾ 3500 ਦੇ ਰਿਹਾ ਹੈ, ਦੂਜੀਆਂ ਸਟੇਟਾਂ ਐਸੀਆਂ ਜਿਹੜੀਆਂ 7000, 7500, 10 ਹਜ਼ਾਰ ਰੁਪਈਆ ਜਿਹੜੀਆਂ ਬਾਕੀ ਸਟੇਟਾਂ ਦੇ ਰਹੀਆਂ ਹੈ। ਇਸ ਕਰਕੇ ਇਹਨਾਂ ਦਾ ਗੁੱਸਾ ਬੜਾ ਜਾਇਜ਼ ਹੈ, ਇਹ ਸਾਡੀ ਫੈਡਰੇਸ਼ਨ ਅਫੀਲੀਏਟ ਹੈ, ਇਸ ਕਰਕੇ ਇਹਨਾਂ ਨੇ ਫੈਸਲਾ ਕੀਤਾ ਹੈ। ਜੇ ਸਰਕਾਰ ਨੇ ਇਹਨਾਂ ਦੀ ਮੰਗਾਂ ਨਾ ਮੰਨੀਆਂ, ਹਜੇ ਬਲੋਕ ਪੱਧਰ 'ਤੇ ਰੈਲੀਆਂ ਕਰ ਰਹੀਆਂ, ਉਹ ਤੋਂ ਬਾਅਦ 22 ਅਗਸਤ ਨੂੰ ਜਿਹੜਾ ਹੈ ਸੰਗਰੂਰ ਜਿਹੜਾ ਸਿੱਖਿਆ ਮੰਤਰੀ ਰਿਹਾਇਸ਼ ਹੈ ਉਹਦੀ ਕੋਠੀ ਦਾ ਘਿਰਾਓ ਕਰਨ ਦਾ ਇਹਨਾਂ ਨੇ ਫੈਸਲਾ ਕੀਤਾ ਹੈ। ਸਰ, ਇੱਕ ਗੱਲ ਹੋਰ ਪੁੱਛਣੀ ਚਾਹਾਂਗਾ, ਲਗਾਤਾਰ ਸੰਘਰਸ਼ ਤੇ ਬੈਠੀ ਹਨ, 1700 ਤੋਂ ਲੈ ਕੇ 2200 ਕਰ ਦਿੱਤਾ ਗਿਆ, ਪਰ ਇਸ ਤੋਂ ਪਹਿਲਾਂ ਸਰਕਾਰ ਨੇ ਇਹਨਾਂ ਦੀ 3000 ਵੀ ਕੀਤੀ ਸੀਗੀ, ਕੀ ਉਹ ਖਿਲਵਾੜ 3000 ਤੋਂ ਫਿਰ 2200 ਕੀ ਪ੍ਰਮੋਸ਼ਨ ਹੋ ਰਹੀ ਕਿ ਡਿਮੋਸ਼ਨ ਹੋ ਰਹੀ ਹੈ? ਸਰਕਾਰ ਦਾ ਵਤੀਰਾ ਜਿਹੜਾ ਹੈ ਸਾਡੇ ਸਾਹਮਣੇ ਹੈ ਵੀ ਇੱਕ ਮੁੱਦੇ 'ਤੇ ਨਹੀਂ, ਅਨੇਕਾਂ ਮੁੱਦਿਆਂ 'ਤੇ ਸਰਕਾਰ ਜੋ ਪਹਿਲਾਂ ਕਹਿੰਦੀ ਹੈ, ਐਲਾਨ ਕਰਦੀ ਹੈ, ਉਹ ਤੋਂ ਮੁੱਕਰਦੀ ਹੈ, ਯਾਨੀ ਕਿ ਥੋਕੇ ਸਰਕਾਰ ਹਮੇਸ਼ਾ ਚੱਟਦੀ ਹੈ। ਇਹੀ ਹਾਲਾਤ ਇਹਨਾਂ ਨਾਲ ਕੀਤੇ ਹੈ, ਪਹਿਲਾਂ ਐਲਾਨ ਕਰ ਦਿੱਤਾ ਵੀ 3000 ਦੇਵਾਂਗੇ, ਸਿੱਖਿਆ ਮੰਤਰੀ ਨੇ ਮੀਟਿੰਗ 'ਚ ਐਲਾਨ ਕੀਤਾ, ਉਹ ਤੋਂ ਬਾਅਦ ਉੱਥੋਂ ਮੁੱਕਰ ਗਏ ਹੈ, ਅਤੇ ਹੁਣ ਜਿਹੜਾ 2200 ਦਾ ਐਲਾਨ ਕੀਤਾ ਹੈ, ਲੈਟਰ ਨਿਕਲ ਗਿਆ ਹੈ, ਉਹਦੇ ਬਾਵਜੂਦ ਜਿਹੜਾ ਇਹਨਾਂ ਨੂੰ 2200 ਵੀ ਹਜੇ ਤੱਕ ਨਸੀਬ ਨਹੀਂ ਹੋਇਆ। ਉਹ ਇਸ ਮਿਡ ਡੇ ਮੀਲ ਦੇ ਵਰਕਰ ਅਤੇ ਸਤੀਸ਼ ਰਾਣਾ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਨੂੰ 1700 ਤਨਖਾਹ ਦਿੱਤੀ ਜਾ ਰਹੀ ਹੈ, ਪਰ 2200 ਕਰ ਦਿੱਤੀ ਗਈ, ਪਰ 2200 ਵੀ ਹਜੇ ਤੱਕ ਨਹੀਂ ਮਿਲ ਰਹੀ। ਅੱਜ ਤਾਂ ਸਿਰਫ ਬਲੋਕ ਪੱਧਰੀ ਰੈਲੀ ਕੀਤੀ, 22 ਅਗਸਤ ਨੂੰ ਆਉਣ ਵਾਲੀ 22 ਅਗਸਤ ਨੂੰ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਏਗਾ। ਅਜੀਤ ਵੈਬ ਟੀਵੀ ਲਈ ਹੁਸ਼ਿਆਰਪੁਰ ਤੋਂ ਹਰਜਾਪ ਸਿੰਘ ਦੀ ਰਿਪੋਰਟ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।